ਤਾਂ ਕਿਸ ਤਰ੍ਹਾਂ ਲੱਗ ਰਿਹਾ ਜਿੱਤ ਤੋਂ ਬਾਅਦ? ਇਹ ਵੈਸੇ ਸਵਾਲ ਪੁੱਛਣਾ ਤਾਂ ਨਹੀਂ, ਪਰ ਫਿਰ ਵੀ ਦੱਸੋ ਕੀ ਫੀਲਿੰਗ ਆ ਤੁਹਾਡੀ? ਤੁਸੀਂ ਵੀਰ, ਤੁਸੀਂ ਵੀ ਲੁਧਿਆਣੇ ਦਾ, ਸੋਨੂੰ ਕੀ ਪ੍ਰਾਊਡ ਫੀਲ ਹੋ ਰਿਹਾ? ਉਹ ਤੋਂ ਡਬਲ ਮੈਨੂੰ ਹੋ ਰਿਹਾ, ਮੈਂ ਆਪਣੇ ਪੰਜਾਬ ਲਈ ਬੈਲਟ ਜਿੱਤ ਕੇ ਲੈ ਕੇ ਆਇਆ। ਮਤਲਬ ਖੁਸ਼ੀ ਦਾ ਕੋਈ ਪਲ ਹੀ ਨਹੀਂ ਹੈਗਾ ਮੈਨੂੰ ਕਿ ਵੀ ਮੈਂ ਆਪਣੇ ਪੰਜਾਬ ਲਈ ਇਹ ਬੈਲਟ ਲੈ ਕੇ ਆਇਆ ਤੇ ਮਾਲਕ ਨੇ ਇਹ ਮਾਣ ਮੈਨੂੰ ਬਖਸ਼ਿਆ ਵਾਹਿਗੁਰੂ ਨੇ। ਇਹ ਰਾਜਸਥਾਨ ਤੋਂ ਬਾਬਾ ਨਾਂ ਦਾ ਇੱਕ ਰੈਸਲਰ ਆ, ਉਹ ਕਹਿੰਦਾ ਪੰਜਾਬੀਆਂ ਦੇ ਵਿੱਚ ਦਮ ਨਹੀਂ ਅੱਜ ਕੱਲ੍ਹ ਦਾ, ਜਿਹੜੇ ਪਹਿਲਾਂ ਪੰਜਾਬੀ ਹੁੰਦੇ ਸੀ, ਵੀ ਪੰਜਾਬੀ ਦੀ ਹਿੰਮਤ ਨਹੀਂ ਕਿ ਮੈਨੂੰ ਹਰਾ ਜਾਵੇ। ਅਤੇ ਮੈਂ ਟੀ ਵੀ ਦੇ ਵਿੱਚ ਸੀਨ ਦੇਖ ਰਿਹਾ ਸੀ, ਮੈਂ ਗ੍ਰੇਟ ਖਲੀ ਨੂੰ ਕਾਲ ਕੀਤੀ, ਮੈਂ ਖਸਰ ਨੂੰ ਕਿਹਾ, ਮੈਂ ਕਿਹਾ ਉਹਨੂੰ ਕਿਹਾ ਵੀ ਸੁਲਤਾਨ ਸਿੰਘ ਆ ਰਿਹਾ ਪੰਜਾਬ ਦਾ ਸਿਰ, ਵੀ ਮੈਂ ਉਹਨੂੰ ਚੈਲੰਜ ਉਹਦਾ ਸ਼ਿਫਟ ਕਰਦਾ, ਮੈਂ ਇਹ ਪੰਜਾਬ ਦੇ ਵਿੱਚ ਬੈਲਟ ਲੈ ਕੇ ਹੁਣ ਮੈਂ ਆਊਂਗਾ। ਫਿਰ ਆਹ ਸ਼ਨੀਵਾਰ ਦੇ ਵਿੱਚ ਮੇਰਾ ਖੂਨੀ ਖੇਲ ਹੋਇਆ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਧੋਖੇ ਨਾਲ ਹਰਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ। ਪਰ ਜਦੋਂ ਗੱਲ ਕਹਿੰਦੇ ਨਹੀਂ ਹੁੰਦੇ, ਕਹਿੰਦੇ ਪੰਜਾਬੀਆਂ ਦੇ ਪੰਜਾਬ ਦੇ ਆ ਜਾਵੇ, ਫਿਰ ਤਾਂ ਕਹਿੰਦੇ ਮਰ ਮਿਟਣ ਵਾਲਾ ਕੰਮ ਹੁੰਦਾ। ਬਸ ਉਹੀ ਕੰਮ ਕੀਤਾ, ਮੇਰਾ ਖੂਨ ਵੀ ਬਹੁਤ ਨਿਕਲਿਆ, ਪਰ ਮੈਂ ਮਰ ਮਿਟ ਕੇ ਮੈਂ ਬੈਲਟ ਪੰਜਾਬ ਲਈ ਲੈ ਕੇ ਆਇਆ। ਸੁਲਤਾਨ ਮੇਰਾ, ਕਿਉਂਕਿ ਤੁਸੀਂ ਜਾਣਦੇ ਹੋ ਮੇਰਾ ਕੰਮ ਜਿੰਮਾਂ ਦਾ ਕੰਮ ਆ, ਸੁਲਤਾਨ ਮੇਰੇ ਕੋਲ ਇੱਕ ਰੈਗੂਲਰ ਕਸਟਮਰ ਦੀ ਤਰ੍ਹਾਂ ਜਿਵੇਂ ਫੀਸ ਭਰਾਉਂਦੇ ਆਏ। ਜਦੋਂ ਇਹਦਾ ਮਿਹਨਤ ਕਰਨ ਦਾ ਸਟਾਈਲ ਦੇਖਿਆ, ਉਹ 'ਚ ਮੈਨੂੰ ਲੱਗਿਆ ਵੀ ਯਾਰ ਹੈਗਾ ਇਸ ਬੰਦੇ 'ਚ ਦਮ ਹੈਗਾ, ਕਿਉਂਕਿ ਜਿਹੜੇ ਕਹਿੰਦੇ ਨਾ ਲਾਲ ਜਿਹੜੇ ਆ ਉਹ ਗੁੱਦੜਾਂ 'ਚੋਂ ਪਛਾਣੇ ਜਾਂਦੇ ਆ, ਉਹਦੀ ਪਹਿਚਾਣ ਹੀ ਅਲੱਗ ਹੁੰਦੀ ਆ। ਸੋ ਸੁਲਤਾਨ ਤੋਂ ਸਟਾਰਟਿੰਗ ਤੋਂ ਹੀ ਇਹਦੀ ਮਿਹਨਤ ਕਰਨ ਦਾ ਜਜ਼ਬਾ ਵੀ ਆ। 10 ਬੈਂਚ ਪ੍ਰੈਸ ਦੇ ਰੈਪ ਮਾਰਨੇ ਆ ਤਾਂ ਇਹਨੇ 15 ਮਾਰਨੇ, ਮਤਲਬ ਕਦੀ ਐਂ ਨਹੀਂ ਹੁੰਦਾ ਸੀਗਾ ਵੀ ਜੀ ਹੁਣ 8 ਵੱਜ ਗਏ 7 ਵੱਜ ਗਏ ਜਾਂ ਰਹਿਣ ਦਿਓ। ਮਿਹਨਤ ਪੱਖੋਂ ਕਦੀ ਕਮੀ ਨਹੀਂ ਆਈ, ਅਤੇ ਉਹਦਾ ਇਹ ਨਤੀਜਾ ਵਾ ਵੀ ਸੁਲਤਾਨ ਅੱਜ CWCE ਦੀ ਜਿਹੜੀ ਬੈਲਟ ਆ ਉਹ ਪੰਜਾਬ ਲਈ ਜਿੱਤ ਕੇ ਲੈ ਗਿਆ ਆ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਰਵਿੰਦਰ ਸਿੰਘ ਢਿੱਲੋਂ। ਵੱਖ ਵੱਖ ਸ਼ਖਸੀਅਤਾਂ ਜਿਹੜੀਆਂ ਨੇ ਤੁਹਾਡੇ ਰੂਬਰੂ ਕਰਵਾਉਂਦੇ ਰਹਿੰਦੇ ਹਾਂ, ਅਤੇ ਅੱਜ ਜਿਹੜੀ ਸ਼ਖਸੀਅਤ ਤੁਹਾਡੇ ਰੂਬਰੂ ਕਰਵਾ ਰਹੇ ਹਾਂ, ਤੁਸੀਂ ਦੇਖ ਸਕਦੇ ਹੋ ਕਿ ਪੂਰਾ ਫਿੱਟ ਗੱਭਰੂ ਆ, ਜਿਹੜਾ ਨਾਮ ਆ ਸੁਲਤਾਨ, ਔਰ ਸੁਲਤਾਨ ਨੇ ਪੰਜਾਬ ਦਾ ਜਿਹੜਾ ਨਾਮ ਉੱਚਾ ਕੀਤਾ ਹੈਗਾ, ਔਰ ਕੀਤਾ ਜਿਹੜਾ ਹੈਗਾ ਰੈਸਲਿੰਗ ਗੇਮ ਦੇ ਵਿੱਚ। ਤੁਸੀਂ ਆ ਬੈਲਟ ਜਿਹੜੀ ਅਕਸਰ ਦੇਖਦੇ ਹੋ, WWE ਦੇ ਜਿਹੜੇ ਰੈਸਲਰ ਤੁਸੀਂ ਦੇਖਦੇ ਹੋਣੇ ਆ, ਔਰ ਸੁਲਤਾਨ ਜਿਹੜਾ CWE ਜਿਹੜੀ ਲੀਗ ਆ, ਇਹ ਜਿਹੜੀ ਅਕੈਡਮੀ ਹੈਗੀ ਆ ਦਾ ਗ੍ਰੇਟ ਖਲੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਤਾਂ ਕਿਤੇ ਨਾ ਕਿਤੇ ਉਹਨਾਂ ਦੀ ਗਾਈਡੈਂਸ ਦੇ ਵਿੱਚ ਵੀ ਜਿਹੜਾ ਸੁਲਤਾਨ ਜਿਹੜਾ ਆਪਣੀ ਮਿਹਨਤ ਕਰਦਾ ਹੈ। ਸਵਾਗਤ ਹੈ ਜੀ ਸਾਰਿਆਂ ਦਾ ਲੁਧਿਆਣਾ ਲਾਈਵ 'ਤੇ। ਤੁਹਾਡਾ ਵੀ ਲੁਧਿਆਣਾ ਲਾਈਵ। ਸੁਲਤਾਨ ਕਿਸ ਤਰ੍ਹਾਂ ਲੱਗ ਰਿਹਾ ਜਿੱਤ ਤੋਂ ਬਾਅਦ? ਇਹ ਵੈਸੇ ਸਵਾਲ ਪੁੱਛਣਾ ਤਾਂ ਨਹੀਂ, ਪਰ ਫਿਰ ਵੀ ਦੱਸੋ ਕੀ ਫੀਲਿੰਗ ਆ ਤੁਹਾਡੀ? ਤੁਸੀਂ ਵੀਰ, ਤੁਸੀਂ ਵੀ ਲੁਧਿਆਣੇ ਦਾ, ਸੋਨੂੰ ਕੀ ਪ੍ਰਾਊਡ ਫੀਲ ਹੋ ਰਿਹਾ? ਉਹ ਤੋਂ ਡਬਲ ਮੈਨੂੰ ਹੋ ਰਿਹਾ, ਮੈਂ ਆਪਣੇ ਪੰਜਾਬ ਲਈ ਬੈਲਟ ਜਿੱਤ ਕੇ ਲੈ ਕੇ ਆਇਆ। ਮਤਲਬ ਖੁਸ਼ੀ ਦਾ ਕੋਈ ਪਲ ਹੀ ਨਹੀਂ ਹੈਗਾ ਮੈਨੂੰ ਕਿ ਵੀ ਮੈਂ ਆਪਣੇ ਪੰਜਾਬ ਲਈ ਇਹ ਬੈਲਟ ਲੈ ਕੇ ਆਇਆ ਅਤੇ ਮਾਲਕ ਨੇ ਇਹ ਮਾਣ ਮੈਨੂੰ ਬਖਸ਼ਿਆ ਵਾਹਿਗੁਰੂ ਨੇ। ਠੀਕ ਹੈ, ਤਾਂ ਬਹੁਤ ਬਹੁਤ ਵਧਾਈਆਂ ਤੁਹਾਨੂੰ, ਸਾਰਿਆਂ ਨੂੰ ਵਧਾਈਆਂ, ਸਾਰੇ ਪੰਜਾਬੀਆਂ ਨੂੰ ਵਧਾਈਆਂ, ਪੰਜਾਬ ਦਾ ਨਾਮ ਉੱਚਾ ਕੀਤਾ। ਤਾਂ ਕਿਹੜੇ ਮੱਲ ਨੂੰ ਢਾ ਕੇ ਜਿਹੜਾ ਤੁਸੀਂ ਇਹ ਜਿੱਤ ਜਿਹੜੀ ਹਾਸਲ ਕੀਤੀ ਉਹ ਵੀ ਦੱਸੋ। ਇਹ ਰਾਜਸਥਾਨ ਤੋਂ ਬਾਬਾ ਨਾਂ ਦਾ ਇੱਕ ਰੈਸਲਰ ਆ, ਉਹਨਾਂ ਨੇ ਪੰਜਾਬ ਨੂੰ ਚੈਲੰਜ ਕੀਤਾ। ਚਲੋ ਰੈਸਲਰ ਨੂੰ ਕੀਤਾ ਹੁੰਦਾ ਮੈਂ ਬੋਲਦਾ ਨਾ, ਮੈਂ ਚੁੱਪ ਰਹਿੰਦਾ, ਕੋਈ ਗੱਲ ਨਹੀਂ ਵੀ ਰੈਸਲਰ ਨਾਂ ਲੈ ਕੇ। ਉਹ ਕਹਿੰਦਾ ਪੰਜਾਬੀਆਂ ਦੇ ਵਿੱਚ ਦਮ ਨਹੀਂ ਅੱਜ ਕੱਲ੍ਹ ਦਾ, ਜਿਹੜੇ ਪਹਿਲਾਂ ਪੰਜਾਬੀ ਹੁੰਦੇ ਸੀ, ਵੀ ਪੰਜਾਬੀ ਦੀ ਹਿੰਮਤ ਨਹੀਂ ਕਿ ਮੈਨੂੰ ਹਰਾ ਜਾਵੇ, ਵੀ ਮੈਂ ਰਾਜਸਥਾਨ ਦਾ ਬਹੁਤ ਵੱਡਾ ਚੈਂਪੀਅਨ ਹਾਂ, ਇਹ ਬੈਲਟ ਰਾਜਸਥਾਨ ਦੇ ਵਿੱਚ ਹੀ ਰਹੂਗੀ ਅਤੇ ਰਾਜਸਥਾਨ ਦੇ ਵਿੱਚ ਹੀ ਬੈਲਟ ਮੈਂ ਲੈ ਕੇ ਜਾਣੀ ਆ। ਅਤੇ ਮੈਂ ਟੀ ਵੀ ਦੇ ਵਿੱਚ ਸੀਨ ਦੇਖ ਰਿਹਾ ਸੀ, ਮੈਂ ਗ੍ਰੇਟ ਖਲੀ ਨੂੰ ਕਾਲ ਕੀਤੀ, ਮੈਂ ਖਸਰ ਨੂੰ ਕਿਹਾ, ਮੈਂ ਕਿਹਾ ਉਹਨੂੰ ਕਿਹਾ ਵੀ ਸੁਲਤਾਨ ਸਿੰਘ ਆ ਰਿਹਾ ਪੰਜਾਬ ਦਾ ਸਿਰ, ਵੀ ਮੈਂ ਉਹਨੂੰ ਚੈਲੰਜ ਉਹਦਾ ਸ਼ਿਫਟ ਕਰਦਾ, ਮੈਂ ਪੰਜਾਬ ਦੇ ਵਿੱਚ ਬੈਲਟ ਲੈ ਕੇ ਹੁਣ ਮੈਂ ਆਊਂਗਾ। ਅਤੇ ਜਦੋਂ ਮੈਂ ਗਿਆ ਉਹਦੇ ਪਹਿਲੀ ਇੱਕ ਹੀ ਮੁੱਕਾ ਪਿਆ ਉਹਦਾ, ਉਹ ਰਿੰਗ 'ਚੋਂ ਨਿਕਲ ਗਿਆ ਡਰ ਕੇ ਬਾਹਰ, ਪਰ ਦੁੱਧ ਪੀਤਾ ਆ ਜਾ ਰਿੰਗ ਦੇ ਵਿੱਚ, ਲੈ ਪੰਗਾ ਖੜਾ ਸੁਲਤਾਨ ਪੰਜਾਬ ਦਾ ਸ਼ੇਰ ਖੜਾ, ਇਹ ਪੰਜਾਬ ਦੀ ਗੱਲ ਕੀਤੀ ਅਤੇ ਪੰਜਾਬ ਲਈ ਮੈਂ ਮਰਨ ਲਈ ਮਿਟਣ ਲਈ ਤਿਆਰ ਹਾਂ। ਅਤੇ ਫਿਰ ਓਪਨ ਚੈਲੰਜ ਕੀਤਾ TV ਦੇ ਉੱਪਰ? ਹਾਂਜੀ, TV ਦੇ ਵਿੱਚ ਉਹਨੇ ਓਪਨ ਚੈਲੰਜ ਕੀਤਾ ਸੀ ਇਹ ਚੀਜ਼ ਨੂੰ ਲੈ ਕੇ, ਅਤੇ ਮੈਂ ਫਿਰ ਉਹਦਾ ਚੈਲੰਜ ਅਸੈਪਟ ਕਰਕੇ ਫਿਰ ਆਹ ਸ਼ਨੀਵਾਰ ਦੇ ਵਿੱਚ ਮੇਰਾ ਖੂਨੀ ਖੇਲ ਹੋਇਆ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਧੋਖੇ ਨਾਲ ਹਰਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ। ਪਰ ਜਦੋਂ ਗੱਲ ਕਹਿੰਦੇ ਨਹੀਂ ਹੁੰਦੇ, ਕਹਿੰਦੇ ਪੰਜਾਬੀਆਂ ਦੇ ਪੰਜਾਬ ਦੇ ਆ ਜਾਵੇ, ਫਿਰ ਤਾਂ ਕਹਿੰਦੇ ਮਰ ਮਿਟਣ ਵਾਲਾ ਕੰਮ ਹੁੰਦਾ। ਬਸ ਉਹੀ ਕੰਮ ਕੀਤਾ, ਮੇਰਾ ਖੂਨ ਵੀ ਬਹੁਤ ਨਿਕਲਿਆ, ਪਰ ਮੈਂ ਮਰ ਮਿਟ ਕੇ ਮੈਂ ਬੈਲਟ ਪੰਜਾਬ ਲਈ ਲੈ ਕੇ ਆਇਆ। ਠੀਕ ਆ, ਤਾਂ ਪੰਜਾਬੀਆਂ ਨੂੰ ਲਲਕਾਰ ਪਈ ਸੀ, ਤਾਂ ਪੰਜਾਬੀ ਨੇ ਅੱਗੋਂ ਜਿਹੜਾ ਮੂੰਹ ਤੋੜਵਾ ਜਵਾਬ ਦਿੱਤਾ। ਅਤੇ ਸੁਲਤਾਨ ਥੋੜ੍ਹਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਸਾਡੇ ਦਰਸ਼ਕਾਂ ਨੂੰ। ਹਾਂਜੀ, ਮੈਂ ਇੱਕ ਨਾ ਨੋਰਮਲ ਇੱਕ ਸਧਾਰਨ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦਾ ਵਾਂ, ਅਤੇ ਮੈਂ ਬਹੁਤ ਜ਼ਿਆਦਾ ਮਤਲਬ ਕਠਿਨਾਈਆਂ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਵਾਂ, ਬਹੁਤ ਸਟਰਗਲ ਹਾਰਡ ਕੀਤਾ, ਨਾਲ ਦੀ ਨਾਲ ਮੈਂ ਕੰਮ ਵੀ ਕਰਦਾ ਰਿਹਾ ਵਾਂ, ਕਿਉਂਕਿ ਡਾਇਟ ਖਰਚਾ ਪੂਰਾ ਨਹੀਂ ਹੁੰਦਾ ਸੀ ਮੇਰਾ, ਕਿਉਂਕਿ ਗੇਮ ਮਹਿੰਗੀ ਗੇਮ ਆ ਇਹ, ਗੋਰਿਆਂ ਦੀ ਗੇਮ ਆ,
कहिंदे गोरियां नूं जे ढोणा होवे तां गोरियां वर्गा बनना पैंदा है ना, गोरियां वांगू डाइट खानी पैंदी आ। ते नाल दी नाल मैं फिर सिक्योरिटी गार्ड दा काम करदा सी ते आपदा जिम अपनी ट्रेनिंग लई टाइम कढ़दा सी, मेरा डाइट खर्चा आपदा कढ़दा सी। सिक्योरिटी गार्ड का तुम जो काम करते पिछोकड़ जरा जरा मध वर्गी घर जो आप कह दें कि ज़्यादा व्डे घरों नहीं तुम जो बिलोंग करते ठीक है, तो सिक्योरिटी गार्ड तो इतों तक का जोड़ा मुकाम हासिल किया सुल्तान ने वाकई काबले जरा तारीफ है। तो सुल्तान हुण की तुसी पंजाब सरकार तो कोई आस रखते हो, क्योंकि ये गेमां किते ना किते सरकारां इन्हां चीज़ां नूं नहीं प्रमोट कर दियां, तो तुहानूं प्रमोट करन तक भी कुछ खर्चा जरा जरूर लगा होगा। हाँ जी, मैं सरकारां तो बहुत उम्मीद रखदा, सरकार मैं भगवंत मान नूं यही उम्मीद करूँगा कि भी इदां दे जो रैसलर ने जां खिडारी ने भी सरकार नूं चाहिए भी उन्हां बारे सोचे। हाँ, मैं भी मेरा भी बहुत वड्डा सुपना वा भी मैं WWE 'च जावां, पर कुछ कहिंदे नहीं हुंदे फाइनैंशियली प्रॉब्लमां ने, घर दे विच हालात इदां दे नहीं है कि मैं बाहर इन्ना खर्चा ला के आपदा जा सकदा, क्योंकि मेरा जो सुपना मैं जाना जरूर आ, पर भाई मैं अपनी मेहनत नहीं छड़ सकता। मैं सरकार अगे दुआ यही अरदास बेनती करूँगा कि भी खिडारियों बारे मेरे बारे कुछ सोचे। तो अप्पू जी तुहानू भी बहुत बहुत वधाइया, अज तुहाडा नाम जिहड़ा तुहाडा और तुहाडे जिहड़ा कीते कम्मां दा बहुत ज़्यादा फल सामने मिलिया तुहानू। पानी आपां दिंदे आ दरखत वड्डा हुंदा तां मेहनत किन्नी कु सुल्तान नूं कराई, और सुल्तान किस तरह तुहानू मिलिया सी, किहड़े हालातां 'च मिलिया सी, उह तुसीं जरूर दस्सो। लुधियाणा लाइव दे सारे दर्शकां नूं मेरी प्यार भरी सति श्री अकाल। ढिल्लों साहब वधाइया सब नूं आ, वधाइया पूरे पंजाब नूं आ, पूरी पंजाबीयत नूं आ। तो यह मैं कहूँगा उन्होंने मूँह के चपेड़ भी है जेडे पंजाब नूं नशेड़ पंजाबियों नूं नशेड़ी कहिंदे आ, बहुत वड्डी चपेड़ जिहड़ी आ सुल्तान ने उन्होंने मूँह ते मारी आ। सुल्तान मेरा, क्योंकि तुसीं जाणदे हो मेरा कम जिम्मा दा कम आ, सुल्तान मेरे कोल एक रैगूलर कस्टमर की तरह जिवें फीस भरांदे आए, जदों इहदा मेहनत करन दा स्टाइल देखिया उह च मैनूं लग्गिया भी यार हैगा इस बंदे च दम हैगा, क्योंकि जिहड़े कहिंदे ना लाल जिहड़े आ वह गुदड़ा जो पहचाने जाते वो पहचान ही अलग होंगी है। सो सुल्तान तो स्टार्टिंग तो ही मेहनत करने का जज्बा यदा स्टार्टिंग तो इनू जे कहता भी यह 10 बेंच प्रेस के रैप मारने हैं तो इन्हें 15 मारने, मतलब कभी आए नहीं हों भी जी हूँ 8 बज गए 7 बज गए जा रहन दो, मेहनत पक्षों कभी कमी नहीं आई। तो वह यही नतीजा वा वे सुल्तान अज CWCE की जी बेल्ट आंजाब जित के लगे आ। बिल्कुल अप्पू जी, कहावत भी आ कि मल बनना सौखा नहीं शेरा, घर के घर खवाने पेंदे ने। तो सुल्तान जड़ा मध वर्गी परिवार के विचों सी, तो इहदा थोड़ा जा पिछोकड़ भी जिस तरह सुल्तान ने ऑफ द कैमरा भी दस्या कि जेलां तक भी जिहड़ियां देखणियां पईयां संगत माड़ी सी, तो किस तरह इहनूं तुसीं मोटीवेट कीता इधर नूं लिआउण नूं? ढिल्लों साहब जिवें तुसीं कहा कहावत इक उह भी है ना, जिथे चाह उत्थे हीरा। जे पैसे नाल ही सब कुछ हुंदा हुंदा तां मैं कहिंदा भी जिन्ने अमीरां दे बच्चे आ उही मल बणदे उही पहलवान बणदे। जिहड़ी इह इच्छा शक्ति हुंदी आ ना जिहड़े बच्चे 'च आ गई, रब उहदा रास्ता अपने आप ही खोल दिंदा, उह तुसीं चाहे चंगे पासे नूं पा लो चाहे माड़े पासे नूं पा लो, तुहानूं उह जिहा इक चेन जिहड़ी उह बणदी जांदी आ। सो सुल्तान ने माड़ा पासा छड्ड के चंगे पासे नूं चुणिया, जिहदा नतीजा इह निकलिया वा, विल पावर दा इह नतीजा निकलिया वा। सो मैं यही कहूँगा भी जिहड़ा जिहड़े बच्चे आ सुल्तान दे नक्शे कदमां चलण, ते अपने जिहड़े टीचर आ गुरु आ सगे संबंधी रिश्ते आ भरावां नूं माण महसूस करवाउण। ठीक है जी, ठीक है। तां सुल्तान की रूटीन दी आ दिन दी, खुराक की रहिंदी आ, मेहनत की जिहड़ी मेहनत किस तरह करदे हो, खुराक की खाने हो? ਭਾਅ ਜੀ ਮੇਰੀ ਖੁਰਾਕ ਨੈਚੁਰਲ ਡਾਇਟ ਆ, ਸਟੀਰੋਇਡ ਤਾਂ ਮੈਂ ਬਿਲਕੁਲ ਨਹੀਂ ਲੈਂਦਾ ਹੈਗਾ, ਨੈਚੁਰਲ ਡਾਇਟ ਆ। ਜਿਵੇਂ ਆਪਣਾ ਘਰ ਦੁੱਧ ਦਹੀਂ ਲੱਸੀ ਦੇਸੀ ਘੋ ਵਗੈਰਾ ਮੈਂ ਉਹੀ ਖਾਂਦਾ ਵਾਂ, ਕਿਉਂਕਿ ਜਿਹੜੇ ਸਟੀਰੋਇਡ ਵਗੈਰਾ ਖਾਂਦੇ ਉਹ ਜ਼ਿਆਦਾ ਲੰਬਾ ਵੀ ਨਹੀਂ ਜਾਂਦੇ ਹੈਗੇ, ਤੁਹਾਨੂੰ ਪਤਾ ਇਹ ਚੀਜ਼ ਦਾ। ਅਤੇ ਮੈਂ ਨੈਚੁਰਲ ਡਾਇਟ ਖਾਂਦਾ ਵਾਂ। ਅਤੇ ਜਿਮ ਜਿਹੜਾ ਮੇਰਾ ਹੈਗਾ 2 ਘੰਟੇ ਮੈਂ ਮੋਰਨਿੰਗ ਟਾਈਮ ਲਾਉਂਦਾ ਵਾਂ ਅਤੇ 3 ਘੰਟੇ ਮੈਂ ਸ਼ਾਮ ਨੂੰ ਜਿਮ ਲਾਉਂਦਾ ਵਾਂ। ਅਤੇ ਮੇਰਾ 5 ਘੰਟੇ ਦਾ ਰੈਗੂਲਰ ਮਤਲਬ ਸਟਰਗਲ ਆ, ਡੇ ਰੋਜ਼ ਦੀ ਰੂਟੀਨ ਆ ਜੀ, 5 ਘੰਟੇ ਮੈਂ ਵਰਕਆਊਟ ਕਰਦਾ ਹੀ ਕਰਦਾ ਜੀ। ਤਾਂ ਜਿਨ੍ਹਾਂ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਮੇਨ ਜਿਹੜੀ ਭੂਮਿਕਾ ਨਿਭਾਈ ਆ ਮਹੰਤ ਜੀ, ਤਾਂ ਮਹੰਤ ਜੀ ਤੁਹਾਡਾ ਵੀ ਸਵਾਗਤ ਆ ਲੁਧਿਆਣਾ ਲਾਈਵ 'ਤੇ। ਤਾਂ ਕਿਸ ਤਰ੍ਹਾਂ ਤੁਹਾਨੂੰ ਲੱਗਿਆ ਕਿ ਹਾਂ ਮੈਂ ਇਹ ਬੱਚੇ ਦੇ ਉੱਪਰ ਅਗਰ ਪੈਸਾ ਲਗਾਉਣਾ ਤਾਂ ਇਹਦੀ ਜਿਹੜੀ ਮਿਹਨਤ ਆ ਉਹ ਸਫਲ ਹੋਊਗੀ? ਜੀ ਹਾਂ ਮੋਦੀ, ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਮਿਹਨਤ ਇਹਨਾਂ ਦੇ ਮਿਹਨਤੀ ਬਹੁਤ ਸੀ ਜੇ, ਉੱਥੇ ਮੇਰੀ ਵੀ ਜ਼ਮੀਨ ਆ ਸੰਗਵਾਲ, ਇੱਥੇ ਰਹਿੰਦੇ ਉੱਥੇ ਹੀ ਮੈਨੂੰ ਜਾਣਦੇ ਘਰਾਂ ਨੇ, ਇਹ ਕਰਦੇ ਹੀ ਕੰਮ ਆ, ਫਿਰ ਆਪਾਂ ਇਹਨਾਂ ਨੂੰ ਪੂਰੀ ਸਪੋਰਟ ਕੀਤੀ ਵੀ
ਪੰਜਾਬ ਲਈ ਵਧੀਆ ਕਰੇ ਬੱਚੇ ਦੇ ਵਿੱਚ ਵੀ ਮਿਹਨਤ ਬੱਚੇ ਦੇ ਵਿੱਚ ਹੈਗੀ ਇੱਛਾ ਸ਼ਕਤੀ ਠੀਕ ਹੈ ਉਹਨੂੰ ਦੇਖਦੇ ਹੋ ਤੁਸੀਂ ਜਿਹੜਾ ਕੀਤਾ ਹਾਂਜੀ ਹਾਂ ਠੀਕ ਹੈ ਬਹੁਤ ਵਧੀਆ ਹੋ ਗਿਆ ਇਹਦਾ ਸਾਰਿਆਂ ਨੂੰ ਮੇਰੀਆਂ ਵਧਾਈਆਂ ਪੰਜਾਬ ਵਾਲਿਆਂ ਨੂੰ ਠੀਕ ਹੈ ਠੀਕ ਹੈ ਤਾਂ ਬਿਲਕੁਲ ਮਹੰਤ ਜੀ ਦੇ ਚਿਹਰੇ ਤੋਂ ਜਿਹੜੀ ਖੁਸ਼ੀ ਵਾਕਈ ਬਹੁਤ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਔਰ ਨੈਚੁਰਲ ਡਾਈਟ ਦੀ ਵੀ ਸੁਲਤਾਨ ਨੇ ਗੱਲ ਕਰ ਹੀ ਦਿੱਤੀ ਉਹ ਵੀ ਮੈਂ ਪੁੱਛਣਾ ਸੀਗਾ ਕਿ ਅੱਜ ਕੱਲ੍ਹ ਦੀਆਂ ਖੇਡਾਂ ਦੇ ਵਿੱਚ ਸਟੀਰੋਇਡ ਦਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਰੁਝਾਨ ਹੋ ਗਿਆ ਹੈਗਾ ਤਾਂ ਸੁਲਤਾਨ ਹੁਣ ਅੱਗੇ ਕੀ ਭਵਿੱਖ ਦੇਖਦੇ ਹੋ ਇਸ ਖੇਡ ਦੇ ਵਿੱਚ ਤੁਸੀਂ ਆਪਣਾ ਹਾਂਜੀ ਭਾਅ ਜੀ ਮੇਰਾ ਸਭ ਤੋਂ ਵੱਡਾ ਜਿਹੜਾ ਮੇਨ ਡ੍ਰੀਮ ਆ ਨਾ ਪੰਜਾਬ ਦੇ ਪੁੱਤ ਦਾ ਜੋ ਡ੍ਰੀਮ ਆ ਸੁਲਤਾਨ ਸਿੰਘ ਦਾ ਉਹ WWE ਦੇ ਵਿੱਚ ਜਾਣਾ ਵਾ ਜੋ ਕਿ ਮੈਂ ਚਾਹੁੰਦਾ ਵੀ ਮੈਂ WWE ਦੇ ਵਿੱਚ ਜਾਵਾਂ ਆਪਣੇ ਪੰਜਾਬੀਆਂ ਦਾ ਆਪਣੇ ਲੁਧਿਆਣੇ ਦਾ ਇਸ ਦੇਸ਼ ਦਾ ਮੈਂ ਨਾਂ ਰੋਸ਼ਨ ਕਰਾਂ ਜੋ WWE ਦੀਆਂ ਬੈਲਟਾਂ ਨੇ ਉਹ ਵੀ ਮੈਂ ਆਪਣੇ ਮੋਢੇ 'ਤੇ ਰੱਖਾਂ ਇੱਦਾਂ ਹੀ ਮੈਂ ਆਪਣੇ ਪਿੰਡ ਪੰਜਾਬ ਦਾ ਮਾਣ ਅਤੇ ਸਤਿਕਾਰ ਵਧਾਵਾਂ ਜੀ ਤੁਸੀਂ ਗੱਲ ਦੱਸੀ ਕਿ ਦਾ ਗ੍ਰੇਟ ਖਲੀ ਉਹਨਾਂ ਦੀ ਇਹ ਜਿਹੜੀ ਹੈ ਫੈਡਰੇਸ਼ਨ ਹੈਗੀ ਹੈ ਤਾਂ ਉਹਨਾਂ ਵੱਲੋਂ ਕਿੰਨੀ ਕੁ ਸਪੋਰਟ ਜਿਹੜੀ ਰਹਿੰਦੀ ਹੈ ਤੁਹਾਨੂੰ ਹਾਂਜੀ ਗ੍ਰੇਟ ਖਲੀ ਵਾਲੀ ਉਹ ਫੁੱਲ ਸਪੋਰਟ ਆਪਾਂ ਨੂੰ ਇੱਦਾਂ ਨਹੀਂ ਹੈਗਾ ਭਾਅ ਜੀ ਕਹਿੰਦੇ ਆ ਖੁਦ ਵੀ ਜੇ ਖੁਰਾਕ ਦੀ ਲੋੜ ਆ ਮੈਨੂੰ ਦੱਸੋ ਮੈਂ ਦਿੰਦਾ ਤੁਹਾਨੂੰ ਠੀਕ ਆ ਭਾਅ ਜੀ ਮੈਨੂੰ ਬਹੁਤ ਜ਼ਿਆਦਾ ਫੁੱਲ ਸਪੋਰਟ ਕਰਦੇ ਆ ਪਰ ਹੋਰ ਵੀ ਬੱਚੇ ਨੇ ਹੋਰ ਵੀ ਸਟੂਡੈਂਟ ਅਲੱਗ ਅਲੱਗ ਸਟੇਟਾਂ ਤੋਂ ਸਭ ਲਈ ਉਹ ਧਿਆਨ ਰੱਖਦੇ ਆ ਠੀਕ ਆ ਤਾਂ ਜਾਂਦੇ ਜਾਂਦੇ ਉਹੀ ਨੌਜਵਾਨਾਂ ਲਈ ਕੀ ਸੁਨੇਹਾ ਦੇਣਾ ਚਾਹੋ ਮੈਂ ਸਾਰੇ ਆਪਣੇ ਭਰਾਵਾਂ ਨੂੰ ਛੋਟੇ ਜਾਂ ਵੱਡੇ ਵੀਰਾਂ ਨੂੰ ਮੈਂ ਇਹੀ ਬੇਨਤੀ ਕਰਦਾ ਵਾਂ ਭਰਾ ਸੁਲਤਾਨ ਦੀ ਕਿ ਵੀ ਨਸ਼ਾ ਨਾ ਕਰੋ ਕਿਉਂਕਿ ਜਿਹਦੇ ਵਿੱਚ ਘਰ ਖਰਾਬ ਹੁੰਦੇ ਆ ਨਾ ਪੰਜਾਬ ਦਾ ਨਾਂ ਵੀ ਬਹੁਤ ਖਰਾਬ ਹੁੰਦਾ ਕਿਉਂਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਆ ਜਿਨ੍ਹਾਂ ਨੇ ਇੱਥੇ ਬਹੁਤ ਖੂਨ ਡੋਲਿਆ ਵਾ ਆਪਾਂ ਨਾ ਨਸ਼ਾ ਕਰਕੇ ਉਹ ਗੁਰੂਆਂ ਪੀਰਾਂ ਦੀ ਧਰਤੀ ਨੂੰ ਇੱਕ ਗੰਦਾ ਪੰਜਾਬ ਬਣਾ ਰਹੇ ਹਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਵੀ ਚੰਗੇ ਰਾਹ ਕਰੋ ਅਤੇ ਮਿਹਨਤ ਕਰੋ ਆਪਣੀ ਜੋ ਗੁਰੂਆਂ ਪੀਰਾਂ ਨੇ ਜੋ ਆਪਾਂ ਨੂੰ ਬਖਸ਼ ਬਖਸ਼ੀ ਆ ਉਹਨਾਂ ਦੇ ਰਸਤੇ ਆਪਾਂ ਨੂੰ ਜਾਣਾ ਚਾਹੀਦਾ ਜੀ ਠੀਕ ਹੈ ਜੀ ਹਾਂਜੀ ਅੱਪੂ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ ਮਿਹਨਤ ਕਰੋ ਤਾਂ ਕਿ ਪੰਜਾਬ ਜਿਹੜਾ ਮੁੜ ਤੋਂ ਉਹੀ ਪੰਜਾਬ ਬਣ ਸਕੇ ਸਾਡਾ ਉਹੀ ਸੂਬਾ ਬਣ ਸਕੇ ਜਿਹੜਾ ਅੱਜ ਤੋਂ 20-30 ਸਾਲ ਪਹਿਲਾਂ ਸੂਬਾ ਸੀਗਾ ਅੱਜ ਖੇਡਾਂ 'ਚ ਨੰਬਰ 1 ਸੀਗੇ ਅੱਜ ਮਾੜੀ ਕਿਸਮਤ ਨਾਲ ਖੇਡਾਂ 'ਚ 23 ਜਾਂ 24 ਨੰਬਰ 'ਤੇ ਆ ਗਏ ਪਰ ਮੁੜ ਤੋਂ ਸਾਲ 2 ਸਾਲ 3 ਸਾਲਾਂ ਦੇ ਵਿੱਚ ਸੁਲਤਾਨ ਵਰਗੇ ਪਲੇਅਰ ਜਾਂ ਹੋਰ ਕਈ ਸਾਡੇ ਜਿਹੜੇ ਪਲੇਅਰ ਆ ਉਹ ਮੁੜ ਤੋਂ ਜਾਗਣ 'ਤੇ ਆਪਣੇ ਪੰਜਾਬ ਨੂੰ ਮੌਕਾ ਪਹਿਲੇ ਨੰਬਰ 'ਤੇ ਲੈ ਕੇ ਆਉਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸੁਲਤਾਨ ਸਿੰਘ ਜਸਰੇ CWE ਦੇ ਵਿੱਚ ਹੈਵੀ ਵੇਟ ਦੇ ਵਿੱਚ ਜਿਹੜੀ ਆ ਚੈਂਪੀਅਨਸ਼ਿਪ ਦੀ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਅੱਜ ਉਹ ਪਹੁੰਚੇ ਸੀਗੇ ਇੱਕ ਜਿਮ ਦੇ ਵਿੱਚ ਜੋ ਕਿ ਪ੍ਰਦੀਪ ਅੱਪੂ ਜੀ ਜਿਹਦੀ ਦੇਖ ਰੇਖ ਕਰਦੇ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਸੁਲਤਾਨ ਜਿਹੜਾ ਟ੍ਰੇਨਿੰਗ ਕਰਦਾ ਹੈਗਾ ਔਰ ਕਿਹਾ ਸੀਗਾ ਕਿ ਇੱਕ ਰਾਜਸਥਾਨ ਦੇ ਰੈਸਲਰ ਨੇ ਜਿਹੜਾ TV ਦੇ ਉੱਪਰ ਲਲਕਾਰਿਆ ਸੀਗਾ ਕਿ ਪੰਜਾਬੀਆਂ ਦੇ ਵਿੱਚ ਦਮ ਨਹੀਂ ਕਿ ਮੈਨੂੰ ਕੋਈ ਹਰਾ ਸਕੇ ਕਿਸੇ ਪੰਜਾਬੀ ਦੇ ਵਿੱਚ ਤਾਂ ਸੁਲਤਾਨ ਨੇ ਉਹ ਚੈਲੰਜ ਜਿਹੜਾ ਅਸੈਪਟ ਕੀਤਾ ਇਕੱਲਾ ਚੈਲੰਜ ਹੀ ਅਸੈਪਟ ਨਹੀਂ ਕੀਤਾ ਚੈਲੰਜ ਤੋਂ ਬਾਅਦ ਉਸ ਮੱਲ ਨੂੰ ਜਿਹੜਾ ਢਾਇਆ ਔਰ ਜਿੱਤ ਜਿਹੜੀ ਹੈ ਹਾਸਲ ਕੀਤੀ ਔਰ ਪੰਜਾਬੀਆਂ ਦਾ ਪੰਜਾਬ ਦਾ ਨਾਮ ਜਿਹੜਾ ਉੱਚਾ ਕੀਤਾ ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਮਨੋਜ ਕੁਮਾਰ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਾਈਵ